ਇੱਧਰ ਮਾੜਾ ਉੱਧਰ ਨਹੀਂ ਗੱਲ ਬੰਦੀ ਗੈਂਗਸਟਰ ਕਾਲਾ ਧਨੌਲਾ ਦਾ ਸੰਸਕਾਰ ਹੋ ਗਿਆ। ਜੱਦੀ ਪਿੰਡ ਧਨੌਲਾ 'ਚ ਕਾਲਾ ਧਨੌਲਾ ਦਾ ਸੰਸਕਾਰ ਕੀਤਾ ਗਿਆ। ਇਸ ਮੌਕੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ। ਸੰਸਕਾਰ ਮੌਕੇ ਮਾਨ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਹੋਈ। 18 ਫਰਵਰੀ ਨੂੰ ਬਰਨਾਲਾ ਦੇ ਬਡਬਰ ਕੋਲ AGTF ਨੇ ਗੈਂਗਸਟਰ ਕਾਲਾ ਧਨੌਲਾ ਨੂੰ ਐਨਕਾਊਂਟਰ ਦੌਰਾਨ ਮਾਰ ਦਿੱਤਾ ਸੀ। ਪਰਿਵਾਰ ਨੇ ਐਨਕਾਊਂਟਰ 'ਤੇ ਸਵਾਲ ਚੁੱਕੇ ਨੇ। ਕਾਲਾ ਧਨੌਲਾ ਦੇ ਪਰਿਵਾਰ ਨੇ ਐਨਕਾਊਂਟਰ ਨੂੰ ਫੇਕ ਦੱਸਿਆ ਅਤੇ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਦਾ ਫੇਕ ਇਨਕਾਊਂਟਰ ਹੋਇਆ ਅਤੇ ਅੱਜ ਤੱਕ ਅਸੀਂ 307 ਦੇ ਪਰਚੇ ਵਿੱਚ ਕਦੇ ਵੀ ਇਨਕਾਊਂਟਰ ਨਹੀਂ ਸੁਣਦਾ। ਛੋਟਾ ਜਿਹਾ ਪਰਚਾ ਸੀ, ਇਹਦੇ ਵਿੱਚ ਸਾਡੇ ਸਮਝੌਤੇ ਦੀ ਗੱਲ ਵੀ ਚੱਲ ਰਹੀ ਸੀ ਅਤੇ ਉਹਨਾਂ ਨੇ ਜਾਣ ਬੁੱਝ ਕੇ ਪੁਲਿਸ ਨੇ ਉਹਨਾਂ ਦਾ ਇਨਕਾਊਂਟਰ ਕਰਤਾ। ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਦੇ ਵਿੱਚ। ਕਿਸ ਤਰ੍ਹਾਂ ਉਹ ਜ਼ਿੰਦਗੀ ਆਪਣੀ ਜੀ ਰਹੇ ਸੀ, ਕਿਸ ਤਰ੍ਹਾਂ ਉਹਨਾਂ ਦਾ ਸੁਭਾਅ ਸੀ, ਕਿਸ ਤਰ੍ਹਾਂ ਰਹਿੰਦੇ ਸੀ ਘਰੇ? ਹੁਣ ਉਹ ਸਮਾਜ ਸੇਵੀ ਬਣੇ ਹੋਏ ਸੀ, ਬਲੱਡ ਖੂਨ ਦੇ ਕੈਂਪ ਵੀ ਲਾਏ ਕੁੜੀਆਂ ਦੇ ਵਿਆਹ 'ਤੇ, ਮੈਡੀਕਲ ਕੈਂਪ ਲਾਏ ਅਤੇ ਉਹ ਨਸ਼ੇ ਵੀ ਛੁਡਾਉਂਦੇ ਸੀਗੇ ਅਤੇ ਹੁਣ ਉਹਨਾਂ ਇਸਮੇ ਮੈਂ ਸਿੱਧੇ ਰਸਤੇ ਪਾਵਾਂ ਉਹਦੇ ਗਲਤ ਕੰਮਾਂ ਛੱਡ ਕੇ। ਹਾਂਜੀ ਹਾਂਜੀ, ਉਹ ਦੋ ਵਾਰ ਅਸੀਂ ਨਗਰ ਕੌਂਸਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਾਂ ਅਤੇ 5 ਵਾਰ ਉਹ ਅੰਦਰ ਬੈਠਾ, ਇਲੈਕਸ਼ਨ ਵੀ ਲੜ ਚੁੱਕੇ ਆਪਦੇ ਵਾਰਡ ਦੀ। ਸਾਨੂੰ ਇਹ ਵੀ ਸਾਨੂੰ ਇਨਸਾਫ ਮਿਲਣਾ ਚਾਹੁੰਦੇ, ਫੇਕ ਇਨਕਾਊਂਟਰ ਹੋਇਆ ਵੀ ਕਿਉਂ ਕੀਤਾ ਗਿਆ। ਤੁਸੀਂ ਪੋਸਟਮਾਰਟਮ ਦੁਬਾਰਾ ਕਰਾਉਣ ਦੀ ਵੀ ਗੱਲ ਕੀਤੀ ਸੀਗੀ? ਉਹ ਪੋਸਟਮਾਰਟਮ ਸਾਨੂੰ ਕੋਈ ਗੱਲ, ਸਾਨੂੰ ਵਿਸ਼ਵਾਸ ਹੈ ਸਿਰਫ ਜਿਹੜੇ ਉਹਦੇ ਨਾਲ ਬੰਦੇ ਸੀ ਉਹ ਜਿਹੜੇ ਪੁਲਿਸ ਦੇ ਗੋਲੀਆਂ ਚੱਲੀਆਂ ਨੇ ਉਹ ਵੀ ਸਾਨੂੰ ਦਿਖਾਈ ਜਾਣਾ ਵੀ ਉਹ ਕਿਵੇਂ ਚੱਲੀਆਂ ਨੇ ਕਿ ਵੀ ਫਟ ਉਹਨਾਂ ਦੇ ਝਰੀਟੇ ਨੇ ਸਿਰਫ ਜਿਹੜੇ ਨਾਲ ਬੰਦੇ ਸੀ ਉਹਨਾਂ ਦੀ ਇੱਕ ਵੀ ਗੋਲੀ ਨਹੀਂ ਵੱਜੀ, ਉਹਨਾਂ ਨੇ ਫੜ ਕੇ ਸਾਨੂੰ ਹਜੇ ਤੱਕ ਦਿਖਾਏ ਨਹੀਂ ਕਿ ਵੀ ਕਿਵੇਂ ਠੀਕ ਨੇ ਕਿ ਨਹੀਂ। ਉਹ ਜਿਵੇਂ ਕਹਿੰਦੇ ਗੁਰਮੀਤ ਸਿੰਘ ਤੇ 50 ਦੇ ਕਰੀਬ ਪਰਚੇ ਸੀ, ਲੱਗਦਾ ਕਿ ਪਹਿਲਾਂ ਅਦਾਲਤ 'ਚ ਪਰਚੇ ਚੱਲਦੇ ਸੀ, ਹੁਣ ਪੁਲਿਸ ਨੇ ਸਿੱਧੀ ਆਪਦੀ ਕਾਰਵਾਈ ਕਰਤੀ? ਨਹੀਂ, ਪਰਚੇ ਚੱਲਦੇ ਸੀ ਉਹ ਕਿਉਂਕਿ ਉਹ ਸਾਰੇ ਝੂਠੇ ਪਰਚੇ ਸੀ, ਸਾਰੇ ਬਰੀ ਹੋਏ, ਸਾਡੇ ਲਵੇ ਕਾਗਜ਼ ਸਾਰੀਆਂ ਓਰੀਜਨਲ ਸਾਡੇ ਲਵੇ ਹੈਗੇ ਨੇ ਕਾਗਜ਼ ਉਹਨਾਂ ਦੇ। ਗਿਆ 307 ਦੇ ਪਰਚੇ ਵਿੱਚ ਕਦੇ ਵੀ ਇਨਕਾਊਂਟਰ ਨਹੀਂ ਸੁਣਿਆ, ਛੋਟਾ ਜਿਹਾ ਪਰਚਾ ਸੀ, ਬਹੁਤਾ ਵੱਡਾ ਨਹੀਂ ਸੀ। ਜੱਜ ਵੱਲੋਂ ਇਨਕੁਆਇਰੀ ਕੀਤੀ ਜਾਵੇ, ਹਾਈ ਕੋਰਟ ਦੇ ਜੱਜ ਵੱਲੋਂ।
ਹੌਲੀ 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 ਦੇਖੀ ਪ੍ਰਿਆ ਸਹੀ ਕਰਕੇ ਲਾਈ ਗਈਆਂ।